ताजातरीन खबरों के लिए प्राइम न्यूज 24 को सब्सक्राइब करें और बेल आइकन का बटन दबाएं। नमस्कार, आप देख रहे हैं प्राइम न्यूज 24, मैं हूं कृतिका। तंबाकू मसाले के पैकेट के ऊपर भगत रविदास जी की तस्वीर आने पर रविदास समाज और सिख धार्मिक संस्थाओं की तरफ से आज बटाला में इकट्ठे होकर रोष जताया गया। इसके साथ ही अलग अलग सिख धार्मिक संगठनों की तरफ से इस रोष के चलते तंबाकू कंपनी के मालिक के खिलाफ कड़ी कार्रवाई की मांग को लेकर बटाला पुलिस को मांग पत्र भी सौंपा गया। SSP बटाला के दफ्तर में पहुंचे सिख धार्मिक संगठनों के अगुआ ने कहा कि तंबाकू के पैकेट पर तस्वीर आने से हर सिख और रविदास भाईचारे से जुड़े लोगों की धार्मिक आस्था को ठेस पहुँची है और उनका कहना था कि यह कोई पहला मामला नहीं है, पहले भी कई शरारती लोग ऐसी हरकत करते आए हैं जिससे माहौल बिगड़ा है। और इसके साथ इन लोगों की तरफ से पुलिस प्रशासन को अपील की गई कि इस मामले में कड़ी कानूनी कार्रवाई की जाए। प्राइम न्यूज़ 24 के लिए गुरदासपुर से जतेंद्र कुंडल की रिपोर्ट। ਅਸੀਂ ਅੱਜ SSP ਦਫ਼ਤਰ ਦੇ ਵਿੱਚ ਰਵਿਦਾਸੀਆ ਭਾਈਚਾਰਾ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਬਟਾਲੇ ਵੱਲੋਂ ਇੱਕ SSP ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਜਿਹਦੇ ਵਿੱਚ ਇੱਕ ਬਾਬਾ ਲਿਮਿਟਡ ਕੰਪਨੀਆਂ ਐਂਡ ਜੱਫੀ ਬ੍ਰਦਰਸ ਨੋਇਡਾ UP ਦੇ ਵਿੱਚ ਜਿਨ੍ਹਾਂ ਨੇ ਇੱਕ ਤੰਬਾਕੂ 120 ਨੰਬਰ ਪ੍ਰੋਡਕਟ ਦੇ ਉੱਤੇ ਭਗਤ ਰਵਿਦਾਸ ਪਾਤਸ਼ਾਹ ਜੀ ਸਾਹਿਬ ਰਵਿਦਾਸ ਪਾਤਸ਼ਾਹ ਦੀ ਫੋਟੋ ਲਾ ਕੇ ਅਤੇ ਉਹ ਮਾਰਕੀਟ 'ਚ ਭੇਜਿਆ ਵਾ। ਉਹ ਮਾਰਕੀਟ 'ਚ ਉਹਨਾਂ ਸਾਡੇ ਜਿਹੜੇ ਰਵਿਦਾਸੀਆ ਭਾਈਚਾਰਾ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਉਹਨਾਂ ਦੇ ਹਿਰਦੇ ਉੱਤਰ ਗਏ ਆ। ਅਸੀਂ ਇਸ ਕਾਨੂੰਨੀ ਕਾਰਵਾਈ ਦਾ ਜਿੱਥੇ ਰੋਸ ਪਾਇਆ ਵਾ ਉੱਥੇ ਅਸੀਂ SSP ਨੂੰ ਮੰਗ ਪੱਤਰ ਦਿੱਤਾ ਵਾ ਕਿ ਇਹ ਜਿਹੜੀ ਬਾਬਾ ਲਿਮਿਟਡ ਕੰਪਨੀ ਆ, ਬਾਬਾ ਗਲੋਬਲ ਲਿਮਿਟਡ ਕੰਪਨੀ ਕੀਤੀ ਵਾਲੀ, ਇੱਥੇ ਪੱਤਰ ਦਰਜ ਕਰਕੇ ਤਾਂ ਸਾਨੂੰ ਇਨਸਾਫ ਦਵਾਇਆ ਜਾਵੇ। ਪ੍ਰਸ਼ਾਸਨ ਨੇ ਸਾਨੂੰ ਇਨਸਾਫ ਦਵਾਇਆ ਵੀ ਅਸੀਂ ਇੱਥੇ ਕਾਰਵਾਈ ਕਰਨ ਲਈ ਜਿਹੜੀ ਸਾਰੀ ਇਨਕੁਆਇਰੀ ਕਰਾਂਗੇ ਅਤੇ ਜਲਦੀ ਤੋਂ ਜਲਦੀ ਕੋਈ ਨਾ ਕੋਈ ਇੱਥੇ ਕਾਰਵਾਈ ਕਰਾਂਗੇ। ਜੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਧਰਨਾ ਦੇਵਾਂਗੇ। ਉਹਦੇ ਵਾਸਤੇ ਇਹਦੇ ਲਈ ਪ੍ਰਸ਼ਾਸਨ ਜ਼ਿੰਮੇ ਹੋਊਗਾ, ਪੁਲਿਸ ਪ੍ਰਸ਼ਾਸਨ ਸਰਕਾਰ ਜ਼ਿੰਮੇ ਰਹੇਗੀ। ਬਕਾਇਦਾ ਤੌਰ 'ਤੇ ਅਸੀਂ ਇਹ ਗੱਲ ਮੈਮੋਰੈਂਡਮ ਦੇ ਵਿੱਚ ਵੀ ਲਿਖੀ ਆ ਕਿ ਜੇ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਢੁੱਕਵੀਂ ਉਹਦੇ ਲਈ ਅਸੀਂ ਧਰਨਾ ਦੇਵਾਂਗੇ, ਉਹਦੇ ਲਈ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇ ਰਹੇਗੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਹਰ ਵਾਰ ਹੀ ਇਹ ਦੁਨੀਆਂ ਦੇ ਲੋਕਾਂ ਵੱਲੋਂ ਮੈਂ ਸਮਝਦਾ ਕਿ ਜੋ ਸ਼ਰਾਰਤੀ ਅਨਸਰ ਨੇ ਇਹ ਵਾਰ ਵਾਰ ਹੀ ਸਿੱਖ ਧਰਮ ਦੇ ਨਾਲ ਜੋ ਸੰਬੰਧਿਤ ਨੇ ਉਹਨਾਂ 'ਤੇ ਹਮਲੇ ਕਰਦੇ ਹਾਂ। ਅੱਜ ਵੀ ਭਗਤ ਰਵਿਦਾਸ ਜੀ ਦੀ ਫੋਟੋ ਜੋ ਇੱਕ ਤੰਬਾਕੂ ਕੰਪਨੀ ਇੱਕ ਤੰਬਾਕੂ ਦੇ ਡੱਬੇ ਦੇ ਉੱਤੇ ਲਾ ਕੇ ਉਸ ਘਟੀਆ ਖੇਡ ਖੇਡੀ ਗਈ ਹੈ ਜਿਸ ਨਾਲ ਸਿੱਖ ਕੌਮ ਦੇ ਹਿੱਸੇ ਸੁਧਰੇ ਗਏ ਹਨ। ਭਗਤ ਰਵਿਦਾਸ ਜੀ ਦਾ ਬੜਾ ਉੱਚ ਸਥਾਨ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਦਰਜ ਹੈ, ਉਹਨਾਂ ਨੂੰ ਨਤਮਸਤਕ ਹੋਇਆ ਜਾਂਦਾ ਹੈ। ਅੱਜ ਅਸੀਂ ਇਸ ਵਿਰੁੱਧ ਬਟਾਲੇ ਦੀਆਂ ਸਮੂਹ ਧਾਰਮਿਕ ਰਾਜਨੀਤਿਕ ਸੇਵਾ ਸਭਾ ਸੁਸਾਇਟੀਆਂ SSP ਸਾਹਿਬ ਦੇ ਦਫ਼ਤਰ ਵਿਖੇ ਇੱਕ ਮੰਗ ਪੱਤਰ ਦੇ ਕੇ ਉਹਨਾਂ ਜੋ UP ਦੀਆਂ ਕੰਪਨੀਆਂ ਨੇ ਇਹ ਤੰਬਾਕੂ ਪ੍ਰੋਡਕਟ ਵਾਲੀਆਂ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕਰਕੇ ਉਹਨਾਂ ਦੇ ਸਖ਼ਤ ਕਾਰਵਾਈ ਕਰਨ ਵਾਸਤੇ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਹਾਂ। ਅਤੇ ਅੱਜ ਉਹਨਾਂ ਦਾ ਮੰਗ ਪੱਤਰ ਜੋ ਉਹਨਾਂ ਨੂੰ ਦਿੱਤਾ ਗਿਆ, ਮੈਂ ਇਸ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਜੋਰ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ, ਨਿਖੇਧੀ ਕਰਦਾ ਹਾਂ ਅਤੇ ਸਰਕਾਰ ਕੋਲੋਂ ਮੰਗ ਕਰਦਾ ਹਾਂ, ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਅੱਗੋਂ ਕੋਈ ਵੀ ਐਸੀ ਘਿਨੌਣੀ ਹਰਕਤ ਕਿਸੇ ਕਿਸੇ ਵੀ ਧਰਮ ਦੇ ਖਿਲਾਫ਼ ਨਾ ਕੀਤੀ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।